ਅੱਜ ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਵਿੱਚ 50% ਸਮਰੱਥਾ ਨੂੰ ਲੈ ਕੇ ਸਿਨੇਮਾ ਘਰ ਖੋਲ੍ਹਣ ਦੀ ਗੱਲ ਕੀਤੀ ਗਈ ਹੈ। ਇਸ ਮੌਕੇ 'ਤੇ ਸਿਨੇਮਾ ਮਾਲਕਾਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਿਨੇਮਾ ਘਰ ਬੰਦ ਸਨ ਅਤੇ ਲੇਬਰ ਵੀ ਕਾਫੀ ਪਰੇਸ਼ਾਨ ਸੀ। ਹੁਣ ਸਿਨੇਮਾ ਘਰ ਖੋਲ੍ਹਣ ਜਾ ਰਹੇ ਹਨ ਜਿਸ ਲਈ ਉਹਨਾਂ ਨੂੰ ਬਹੁਤ ਖੁਸ਼ੀ ਹੈ। ਦੇਖੋ ਬਹੁਤ ਅੱਛੀ ਨਿਊਜ਼ ਹੈ, ਅਸੀਂ ਕਾਫੀ ਟਾਈਮ ਤੋਂ ਵੇਟ ਕਰ ਰਹੇ ਸੀਗੇ, ਠੀਕ ਹੈ। ਬਾਕੀ ਲੈਟਸ ਹੁਣ ਮੂਵੀਸ ਆਉਣ ਦਿਓ, ਪੰਜਾਬੀ ਮੂਵੀਜ਼, ਕਿਉਂਕਿ ਕਾਫੀ ਜ਼ਿਆਦਾ ਲਾਈਨ ਅਪ 'ਚ ਨੇ ਮੂਵੀਜ਼, ਨੀਅਰ ਮੋਰ ਦੈਨ 100 ਮੂਵੀਜ਼ ਬਣ ਕੇ ਤਿਆਰ ਨੇ ਲੱਗਣ ਲਈ, ਠੀਕ ਹੈ। ਜਿਵੇਂ ਹੁਣ ਨਿਊਜ਼ ਆਈ ਹੈ, ਦੇਖੋ ਹੁਣ ਤੁਹਾਨੂੰ ਦੇਖਦੇ ਹਾਂ ਡਿਸਟ੍ਰੀਬਿਊਟਰ ਵੱਲੋਂ ਕੀ ਇਹਨਾਂ ਵੱਲੋਂ ਰਿਐਕਸ਼ਨ ਆਉਂਦਾ ਹੈ, ਠੀਕ ਹੈ। ਬਾਕੀ ਹੋਪ ਫੋਰ ਦਾ ਗੁੱਡ। ਜਿਵੇਂ ਗੱਲ ਕੀਤੀ ਹੈ ਮੁਲਾਜ਼ਮ ਪਹਿਲਾਂ ਥੋੜ੍ਹੇ ਕਾਫੀ ਹੁੰਦੇ ਹੋਣਗੇ ਸਿਨੇਮਾ ਦੇ ਵਿੱਚ, ਅਤੇ ਮੁਲਾਜ਼ਮਾਂ ਦਾ ਜਿਵੇਂ ਪ੍ਰੋਬਲਮ, ਕਿੰਨੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਜੀ? ਦੇ ਨੀਅਰ ਅਬਾਊਟ 30 ਵਕਤ ਸੀਗੇ ਸਾਡੇ ਕੋਲ, ਜਦੋਂ ਸਿਨੇਮਾ ਬੰਦ ਹੋਏ ਤਾਂ ਸਾਰੇ ਸਾਨੂੰ ਸਾਰਨ ਇੱਕ ਵਾਰ ਚਲੇ ਗਏ ਸਾਰੇ। ਹੁਣ ਦੁਬਾਰੇ ਬੁਲਾਵਾਂਗੇ, ਦੇਖਾਂਗੇ ਕਿੰਨੇ ਪਰਸੈਂਟ ਗਵਰਨਮੈਂਟ ਕਹਿੰਦੀ ਹੈ, ਜੇ 50% ਕਹਿੰਦੀ ਤਾਂ 50% ਕਾਲ ਕਰਾਂਗੇ। ਜਿਵੇਂ ਗਵਰਨਮੈਂਟ ਦੇ ਰੂਲਸ ਹੋਣਗੇ ਅਸੀਂ ਉਹਦੇ ਅਕੋਰਡਿੰਗ ਬਿਲਕੁਲ ਕਰਾਂਗੇ, ਬਿਲਕੁਲ ਨੋ ਵਰੀ। ਬਹੁਤ ਖੁਸ਼ੀ ਹੈ ਸਰ, ਔਰ ਬਹੁਤ ਜ਼ਰੂਰੀ ਵੀ ਚੀਜ਼ ਹੈ। ਕਾਫੀ ਟਾਈਮ ਸੇ 1.5 ਸਾਲ ਤੋਂ ਬੰਦ ਹੈਗਾ, ਜਿਵੇਂ ਬਹੁਤ ਸਾਰੇ ਬੰਦਿਆਂ ਦੀ ਨੌਕਰੀ ਵੀ ਚਲੀ ਗਈ ਹੋਈ ਹੈ, ਇਸ ਇੰਡਸਟਰੀ ਦੇ ਵਿੱਚ ਬਹੁਤ ਸਾਡਾ ਨੁਕਸਾਨ ਵੀ ਹੋਇਆ ਹੈ, ਮਾਲਕਾਂ ਦਾ ਵੀ ਨੁਕਸਾਨ ਹੈ, ਛੋਟੇ ਛੋਟੇ ਵਰਕਰਾਂ ਦਾ ਨੁਕਸਾਨ ਹੈ, ਆਪਣਾ ਵੀ ਨੁਕਸਾਨ ਹੈ। ਤਾਂ ਅਸੀਂ ਤਾਂ ਬਹੁਤ ਖੁਸ਼ੀ ਹਾਂ ਕਿ ਸਾਡੇ ਵਰਕਰ ਵੀ ਵਾਪਸ ਆਉਣਗੇ, ਤਾਂ ਉਸ ਚੀਜ਼ ਕੀ ਹਮਾਰੇ ਕੋ ਖੁਸ਼ੀ ਹੋਗੀ ਕਿ ਉਹ ਹਮਾਰੇ ਸਾਥ ਆ ਕਰਕੇ ਦੁਬਾਰਾ ਰੀਜੁਆਇਨ ਕਰ ਰਹੇ ਹੈ। ਹਮ ਲੋਕ 50% ਆਕਿਉਪੈਂਸੀ ਕੇ ਸਾਥ ਜੋ ਵੀ ਗਵਰਨਮੈਂਟ ਨੇ ਦੀ ਹੈ ਗਾਈਡਲਾਈਨਸ, ਉਸਕੋ ਹਮ ਲੋਕ ਪੂਰਾ ਫਾਲੋ ਕਰਕੇ ਉਸਕੋ ਕੰਟੀਨਿਊ ਕਰੇਂਗੇ। ਔਰ ਬਹੁਤ ਖੁਸ਼ੀ ਹੈ ਕਿ ਹਮਾਰੇ ਵਰਕਰ ਆਏਂਗੇ, ਉਨਕੋ ਰੋਜ਼ਗਾਰ ਮਿਲੇਗਾ, 8-10 ਜਣੇ ਜੋ ਵੀ ਹਮਾਰੇ ਉਹ ਕੰਟੀਨਿਊ। ਮੈਨੇਜਰ ਕੀ ਬਾਤ ਕੀ, ਮੈਨੇਜਰ ਨੇ ਮੈਨੇਜਮੈਂਟ ਕਰਨਾ ਹੋਤਾ ਹੈ, ਪਹਿਲੇ ਵਰਕਰ ਜਹਾਂ ਸੇ ਕਾਮ ਕਰ ਰਹੇ, ਜਕਦਮ ਜਾਣਾ ਪੜਾ ਕੋਵਿਡ ਕੇ ਕਾਰਨ, ਅਬ ਕੈਸੇ ਦੇਖਤੇ ਹੋ ਜੈਸੇ ਵਰਕਰ ਆਏਂਗੇ, ਫਿਰ ਖੁਸ਼ੀ ਕੀ ਲੈ? ਬਹੁਤ ਪਹਿਲੇ ਤੋਂ ਜਬ ਭੇਜਤੇ ਹੈ ਸਰ, ਉਸ ਟਾਈਮ ਪੇ ਨਾ ਬਹੁਤ ਤਕਲੀਫ ਹੋਤੀ ਹੈ ਕਿ ਸੀਗੀ ਨੌਕਰੀ, ਉਸਕੋ ਘਰ ਭੇਜਣਾ ਕਿ ਯਾਰ ਅਭੀ ਨਹੀਂ ਹੈ ਯੇ ਕਾਮ, ਆਪ ਜਾਈਏ ਘਰ ਜਾਈਏ। ਜੋ ਬੰਦਾ ਰੈਗੂਲਰ ਕਮਾ ਕਰਕੇ ਖਾਣੇ ਵਾਲਾ ਆਦਮੀ, ਉਸਕੋ ਬਹੁਤ ਟਫ ਥਾ, ਔਰ ਨਾਰਮਲੀ ਇਹ ਚੀਜ਼ ਟਾਈਮ ਵੀ ਹਰ ਇੱਕ ਕਿਸੇ ਕੇ ਲਈ ਟਫ ਥੀ, ਚਲੋ ਉਹ ਤੋਂ ਜੈਸਾ ਥਾ, ਉਹ ਇੱਕ ਮਹਾਮਾਰੀ ਹੈ, ਉਹ ਹਮ ਲੋਕ ਸਭੀ ਨੇ ਮੈਨੇਜ ਕਰ ਲਈ। ਬਟ ਇਹ ਬਹੁਤ ਖੁਸ਼ੀ ਕਾ ਟਾਈਮ ਹੈ ਕਿ ਹਮਾਰੇ ਕੋ ਵੀ ਇਹ ਜੋ ਟਾਈਮ ਅਭੀ ਦੀਆ ਹੈ ਗਵਰਨਮੈਂਟ ਨੇ ਕਿ 50% ਆਕਿਉਪੈਂਸੀ ਕੇ ਸਾਥ ਹਮ ਲੋਕ ਖੋਲ ਸਕਤੇ ਹੈ, ਔਰ ਉਹ ਫਿਰ ਹਮਾਰੇ ਵਰਕਰ ਵਾਪਸ ਆਏਂਗੇ, ਹਮਾਰੇ ਕੋ ਉਸ ਚੀਜ਼ ਕੀ ਬਹੁਤ ਖੁਸ਼ੀ ਹੈ, ਔਰ ਬਹੁਤ ਹਮ ਵੀ ਖੁਸ਼ ਹੈ, ਔਰ ਅੱਛੇ ਤਰੀਕੇ ਸੇ ਮੈਨੇਜ ਕਰਕੇ ਪੂਰਾ ਸੈਨੀਟਾਈਜ਼ ਕਰਕੇ ਆਪਣਾ ਪ੍ਰੋਪਰ ਜੋ ਕੋਵਿਡ ਕਾ ਪ੍ਰੋਬਲਮ ਹੈ ਉਸਕਾ ਜੋ ਗਾਈਡਲਾਈਨਸ ਹੈ ਉਸਕਾ ਧਿਆਨ ਰੱਖ ਕੇ ਹਮ ਲੋਕ ਕੰਟੀਨਿਊ ਆਪਣਾ ਕਰੇਂਗੇ ਇਸ ਚੀਜ਼ ਕੋ। ਬਿਲਕੁਲ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।